ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਪੰਜਾਬ ਮੇ ਬੀਤੇ 3 ਦਿਨੋਂ ਸੇ ਬਾੜ ਨੇ ਹਾਹਾਕਾਰ ਮਚਾਈ ਹੋਈ ਹੈ ਜਿਸੇ ਇਸ ਦਰਮਿਆਨ ਬਰਬਾਦੀ ਕੀ ਤਸਵੀਰੇ ਆਪਕੇ ਸਾਹਮਣੇ ਹੈ ਵਹਾਂ ਦੁੱਖ ਕੀ ਇਸ ਘੜੀ ਕੇ ਬੀਚ ਏਕਤਾ ਕੀ ਮਿਸਾਲ ਵੀ ਦੇਖਨੇ ਕੋ ਮਿਲ ਰਹੀ ਹੈ। ਯਹਾਂ ਤਸਵੀਰੇ ਫਿਲੌਰ ਜ਼ਿਲ੍ਹੇ ਕੇ ਪਿੰਡ ਨਾਮਾ ਖੈਰਾ ਵਿਖੇ ਜਹਾਂ ਤੱਕ ਅਭੀ ਤੱਕ ਪ੍ਰਸ਼ਾਸਨ ਨਹੀਂ ਪਹੁੰਚ ਸਕਾ ਵਹਾਂ ਪਹੁੰਚੀ ਖਾਲਸਾ ਕੇਅਰ ਕੀ ਟੀਮ ਪੀੜਿਤੋ ਕੇ ਲੀਏ ਲੰਗਰ ਚਲਾਏ ਗਏ ਹੈ। ਪੰਜਾਬ ਕੇ ਬੀਚ ਚਾਹੇ ਬਾੜ ਸਭ ਕੁਛ ਬਹਾ ਕਰ ਲੇ ਗਿਆ ਹੋ ਲੇਕਿਨ ਜੋ ਬਾਕੀ ਹੈ ਵਹ ਹੈ ਪੰਜਾਬੀਓ ਕਾ ਸੇਵਾ ਕਰਨੇ ਵਾਲਾ ਜਜ਼ਬਾ। ਪੰਜਾਬੀ ਇਸ ਦੁੱਖ ਕੀ ਘੜੀ ਮੇ ਮਜ਼ਬੂਤੀ ਕੇ ਸਾਥ ਖੜੇ ਦਿਖਾਈ ਦੇਤੇ ਰਹੇਂਗੇ ਇਸ ਸੰਸਥਾ ਕੋ ਹਮਾਰਾ ਸਲਾਮ। ਡਿਸਟ੍ਰਿਕਟ ਫਲੌਰ ਦੇ ਪਿੰਡ ਨਵਾਂ ਖੈਰਾ ਜਿੱਥੇ ਕਿ ਕੋਈ 200 ਫੁੱਟ ਦਾ ਪਾੜ ਪੈ ਗਿਆ, ਬੰਨ ਟੁੱਟ ਗਿਆ, ਪਿੰਡ ਵਾਸੀਆਂ ਨੂੰ ਬਹੁਤ ਹੀ ਤਕਲੀਫ ਹੋ ਰਹੀ ਹੈ। ਅੱਜ ਖਾਲਸਾ ਕੇਅਰ ਟੀਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਇਸ ਪਿੰਡ ਦੇ ਵਿੱਚ ਪਹੁੰਚ ਕੇ ਗੁਰੂ ਦਾ ਲੰਗਰ ਵਰਤਾ ਰਹੀ ਹੈ। ਤੁਸੀਂ ਦੇਖ ਰਹੇ ਹੋ ਜਿੱਥੇ ਪਹੁੰਚ ਨਹੀਂ ਕਿਸੇ ਦੀ ਹੋ ਪਾ ਰਹੀ ਉੱਥੇ ਖਾਲਸਾ ਕੇਅਰ ਦੀ ਟੀਮ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਪਹੁੰਚ ਕੇ ਸੁੱਕੀ ਰਸਤ, ਲੰਗਰ ਦਾ ਪ੍ਰਬੰਧ, ਗੁਰੂ ਘਰ ਦਾ ਜਿਹੜਾ ਲੰਗਰ ਹੈ ਜਿਹੜਾ ਕਿ ਨਿਰਵਿਘਨਤਾ ਸਹਿਤ ਇੱਥੇ ਚੱਲ ਰਿਹਾ, ਹਰ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਪਿੰਡ ਦੇ ਵਿੱਚ ਲੰਗਰ ਨਹੀਂ ਪਹੁੰਚਿਆ ਉੱਥੇ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।